ਤੁਸੀਂ ਕਦੇ ਸੋਚਿਆ ਹੈ ਹਵਾ ਵਿੱਚ ਉੱਡਣ ਵਾਲੇ ਜਹਾਜ਼ ਦੇ ਬ੍ਰੇਕ ਕਿਸ ਤਰ੍ਹਾਂ ਲੱਗਦੇ ਨੇ? ਜਦੋਂ ਕਿਸੇ ਕਾਰ ਜਾਂ ਟ੍ਰੇਨ ਨੂੰ ਰੋਕਣਾ ਹੁੰਦਾ ਹੈ ਤਾਂ ਉਸਨੂੰ ਬੜੀ ਆਸਾਨੀ ਨਾਲ ਬ੍ਰੇਕ ਮਾਰ ਕੇ ਰੋਕ ਲਿਆ ਜਾਂਦਾ ਹੈ, ਪਰ ਆਸਮਾਨ ਵਿੱਚ ਉੱਡਦੇ ਜਹਾਜ਼ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਹੀ ਔਖਾ ਹੈ। ਇਸ ਲਈ ਜਹਾਜ਼ ਦੀ ਸਪੀਡ ਘੱਟ ਕਰਨ ਵਾਸਤੇ ਇਹੋ ਜਿਹੇ ਬ੍ਰੇਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਏਅਰ ਬ੍ਰੇਕ ਕਿਹਾ ਜਾਂਦਾ ਹੈ। ਪਾਇਲਟ ਸਾਈਡ ਚੇਂਜ ਕਰਦਾ ਹੈ ਜਾਂ ਇਸਦੀ ਗਤੀ ਘੱਟ ਕਰਦਾ ਹੈ ਤਾਂ ਜਹਾਜ਼ ਦੇ ਪੱਖਿਆਂ ਨੂੰ ਉਲਟਾ ਘੁਮਾ ਦਿੰਦਾ ਹੈ ਤੇ ਇਸ ਨਾਲ ਜਹਾਜ਼ ਦੀ ਸਪੀਡ ਘੱਟ ਜਾਂਦੀ ਹੈ।